असी सवाल पूछ रहे हैं कि जिहड़ी पंज कोठियां ने भगवंत मान दे कोले, दसो इन्हां च रहिंदा कौन? सानू जवाब नहीं मिल रहा। हुणे मैं पिछले दिन ही RTI मेरे कोल पई, मैं पुछया कि पिछले चीफ मिनिस्टरां दी तुलना दे विच अज भगवंत मान दे कोल किन्नियां सिक्योरिटीआं दीआं व्हीकल्स ने, उन्हां दी सानू इतलाह दिती जाए। वो कहिंदे सिक्योरिटी रीजनस कारण असीं इह वी नहीं दस सकदे कि भगवंत मान को हुण टोटल च गड्डियां किन्नियां ने। ਘਰਾਂ ਦਾ ਪੁੱਛਣੇ ਆ ਘਰਾਂ ਦੇ ਜਵਾਬ ਨਹੀਂ, ਸਿਕਿਉਰਟੀ ਦਾ ਪੁੱਛਣੇ ਆ ਸਿਕਿਉਰਟੀ ਦਾ ਜਵਾਬ ਨਹੀਂ, ਗੱਡੀਆਂ ਦਾ ਸਵਾਲ ਪੁੱਛਣੇ ਆ ਗੱਡੀਆਂ ਦਾ ਜਵਾਬ ਕੋਈ ਨਹੀਂ, ਹੈਲੀਕਾਪਟਰ ਦਾ ਖਰਚਾ ਪੁੱਛਣੇ ਆ ਉਹਦਾ ਜਵਾਬ ਕੋਈ ਨਹੀਂ। ਵਰਤਮਾਨ ਸਾਹਿਬ ਕਹਿੰਦੇ ਲੋਕ ਮੁੱਦੇ ਨਹੀਂ, ਉਹੀ ਮੈਂ ਪੁੱਛਣਾ, ਇਹ ਲੋਕ ਮੁੱਦੇ ਨਹੀਂ ਹੁਣ ਰਹਿ ਗਏ? ਇਹਨਾਂ ਦੇ ਵੇਲੇ ਇਹ ਸਾਰਿਆਂ ਨੂੰ ਵੱਡੇ ਲੋਕਾਂ ਦੇ ਮੁੱਦੇ ਸੀ। ਉਦੋਂ ਇਹ ਖੁਦ ਸਵਾਲ ਕਰਦੇ ਹੁੰਦੇ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਸਰਕਾਰੀ ਚੀਫ ਮਿਨਿਸਟਰ ਦਾ ਈਅਰ ਮਾਰਕ ਕਰ ਰਹੇ, ਦੂਜੇ ਘਰ 'ਚ ਕੌਣ ਰਹਿੰਦਾ? ਮੈਂ ਤਾਂ ਅਸੈਂਬਲੀ 'ਚ ਬੋਲਦਿਆਂ ਵੀ ਤਾਂ ਭੁੱਲੇ ਸਾਹਿਬ ਇਹ ਗੱਲ ਕਹੀ ਸੀ ਕਿ ਉਹਨਾਂ ਕੋਲ ਤਾਂ ਪ੍ਰਾਹੁਣੇ ਦੇਸ਼ ਤੋਂ ਵਿਦੇਸ਼ੋਂ ਆਉਂਦੇ ਰਹਿੰਦੇ ਸੀ, ਉਹ ਮਹਾਰਾਜੇ ਸਨ, ਉਹਨਾਂ ਤਾਂ ਦੂਜਾ ਘਰ ਰੱਖੇ, ਤੁਸੀਂ ਪੰਜ ਰੱਖੇ, ਸਾਨੂੰ ਕਿਰਪਾ ਕਰਕੇ ਦੱਸੋ ਸਹੀ ਉਹ ਪੰਜਾਂ ਘਰਾਂ 'ਚ ਰਹਿੰਦਾ ਕੌਣ ਹੈ, 50 ਨੰਬਰ ਕੋਠੀ 'ਚ ਕੌਣ ਰਹਿੰਦਾ? ਜਿਹਦੇ 'ਤੇ ਕਰੋੜਾਂ ਰੁਪਈਆ ਤੁਸੀਂ ਉਹਦੀ ਰੀਫਰਬਿਸ਼ਮੈਂਟ 'ਤੇ ਲਾਏ ਨੇ, ਉਹਦੇ ਦੱਸੋ ਕੌਣ ਰਹਿੰਦਾ? ਉਹਨੂੰ ਕੈਂਪ ਆਫਿਸ ਸ਼ੋਅ ਕਰਦੇ ਨੇ, ਸਾਨੂੰ ਪਤਾ ਲੱਗਿਆ ਉੱਥੇ ਰਾਘਵ ਚੱਡਾ ਰਹਿੰਦਾ। ਇਹਨਾਂ ਦੇ ਚੌਥੇ ਘਰ ਦੇ ਵਿੱਚ IT ਦੀ ਟੀਮ ਬੈਠੀ ਹੈ, ਸਾਰੀ ਦਿੱਲੀ ਤੋਂ ਆਈ, ਕਰੋੜਾਂ ਰੁਪਈਏ ਉਹਦੇ 'ਤੇ ਖਰਚਾ ਲੱਗਦਾ, ਉਹਦੇ 'ਚ ਉਹ ਰਹਿੰਦਾ। ਇਹ ਨਹੀਂ ਦੱਸਣਗੇ ਤੁਸੀਂ, ਪਹਿਲੀ ਵਾਰ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੇ OST ਜਿਹੜੇ ਉਹ ਮਿਨਿਸਟਰਾਂ ਦੀਆਂ ਕੋਠੀਆਂ ਵਿੱਚ ਰਹਿ ਰਹੇ ਨੇ। ਇਹਨਾਂ ਦੇ 2 OST ਨੇ ਜਿਨ੍ਹਾਂ ਦੀਆਂ ਗੱਡੀਆਂ ਦੇ ਅੱਗੇ ਪਿੱਛੇ ਸਕੌਟ ਵਹੀਕਲ ਚੱਲ ਰਹੇ ਨੇ, OST ਜਿਹੜੇ ਨੇ ਉਹਨਾਂ ਦੀ ਇੰਪੈਲਨਮੈਂਟ ਸੈਕਟਰੀ ਸਟੇਟ ਪੰਜਾਬ ਜਿਹੜੀ ਦੀ ਇੰਪੈਲਨਮੈਂਟ ਹੁੰਦੀ ਉਹਦੇ ਵਿੱਚ ਉਹਨਾਂ ਨੂੰ ਘਰ ਮਿਲੇ, ਮਿਨਿਸਟਰਾਂ ਦੇ ਘਰ ਮਿਲੇ ਨੇ, ਗੱਡੀਆਂ ਮਿਲੀਆਂ। ਇੰਨਾ ਓਵਰ ਐਕਸਪੈਂਡੀਚਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਇਹਨਾਂ ਦੇ ਪੈਰਾਫਰਨੀਲੀਏ 'ਤੇ ਹੋ ਰਿਹਾ। ਇਹ ਉਹ ਜਮਾਤ ਹੈ ਜਿਹੜੀ ਕਹਿੰਦੀ ਸੀ ਕਿ ਸਾਨੂੰ 2 ਕਮਰਿਆਂ ਦੇ, ਸਾਨੂੰ 2 ਕਮਰੇ ਦੇ ਘਰ ਚਾਹੀਦਾ, ਸਾਨੂੰ ਵੱਡੇ ਘਰਾਂ ਦੀ ਲੋੜ ਕੋਈ ਨਹੀਂ। ਹੁਣ 5 ਘਰ ਨੇ ਮੁੱਖ ਮੰਤਰੀ ਕੋਲ, 1-1 ਕਿੱਲੇ ਦੇ 5 ਘਰ, 850 ਬੰਦਾ ਇਹਨਾਂ ਦੀ ਸਿਕਿਉਰਿਟੀ, ਜਿਹੜੇ ਕਹਿੰਦੇ ਅਸੀਂ ਪੰਜਾਬ ਦੀਆਂ ਸੱਥਾਂ ਵਿੱਚੋਂ ਸਾਡੀਆਂ ਸਰਕਾਰਾਂ ਚੱਲਣਗੀਆਂ। ਇਹਨਾਂ ਦੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਸਿਕਿਉਰਿਟੀ ਲੋਕਾਂ ਵਿੱਚ ਚਾਹੀਦੀ ਹੈ, ਲੀਡਰਾਂ ਵਾਸਤੇ ਨਹੀਂ ਚਾਹੀਦੀ। ਉਸੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੇਜਰੀਵਾਲ ਸਾਹਿਬ ਏਡੀ ਛੇਤੀ ਭੁੱਲ ਗਏ? ਨਸ਼ਾ ਦੇ ਸੱਤੇ ਨੇ ਇੱਕੋ ਦਮ ਆ ਕੇ ਤੁਹਾਡੇ ਸਾਰੇ ਅਸੂਲ ਹੀ ਬਦਲਤੇ ਨੇ। ਇੱਕ Z ਸਿਕਿਉਰਿਟੀ ਪਲੱਸ ਤੁਹਾਨੂੰ ਦਿੱਲੀ ਦੀ ਪੁਲਿਸ ਕੋਲ ਮਿਲੀ ਹੈ, Z ਪਲੱਸ ਇੱਕ ਪੰਜਾਬ ਨੇ ਹੁਣ ਦੇ ਦਿੱਤੀ Z ਪਲੱਸ। ਬੋਲੇ ਸਾਹਿਬ 80 ਪੰਜਾਬ ਪੁਲਿਸ ਦੇ ਕਮਾਂਡੋਜ਼ ਅੱਜ ਪੰਜਾਬ ਭਵਨ 'ਚ ਰਹਿੰਦੇ ਨੇ। 1-2 ਕਰੋੜ ਰੁਪਏ ਦੀ ਗੱਡੀ, 2.25 ਕਰੋੜ ਦੀ ਲੈਂਡ ਕਰੂਜ਼ਰ, ਜਿਹੜੀ ਕਹਿੰਦੇ ਸੀ ਮੈਂ ਮਰੂਤੀ ਕਾਰ 'ਚ, ਤੁਹਾਨੂੰ ਪਤਾ ਜੋ ਸ਼ੁਰੂ CM ਬਣੇ ਨੇ, ਇੱਕ ਛੋਟੀ ਮਰੂਤੀ ਕਾਰ, ਮਰੂਤੀ ਵੈਗਨਾਰ ਉਹਨੂੰ ਕਹਿੰਦੇ, ਉਹਦੇ ਵਿੱਚ ਦਫ਼ਤਰ ਜਾਂਦੇ ਸੀ। ਹੁਣ ਭਗਵੰਤ ਸਿੰਘ ਮਾਨ ਕੋ 8 ਲੈਂਡ ਕਰੂਜ਼ਰ ਗੱਡੀਆਂ ਨੇ, 6 ਉਹਨਾਂ ਦੇ ਆਪਣੇ ਕੋਲ ਨੇ, 1 ਉਹਨਾਂ ਨੇ ਰਾਘਵ ਚੱਡੇ ਨੂੰ ਦਿੱਤੀ। ਉਹ ਪੱਕੇ ਤੌਰ 'ਤੇ ਪੰਜਾਬ ਭਵਨ ਜਿਹੜਾ ਦਿੱਲੀ ਵਾਲਾ, ਉਹਦੇ ਪੋਰਚੇ 'ਚ ਲੱਗੀ। ਇੱਕ ਪੱਕੀ ਗੱਡੀ ਜਿਹੜੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਵਾਸਤੇ ਕਪੂਰਥਲਾ ਉਸ 'ਚ ਲੱਗੀ ਹੈ। 50 ਗਨਮੈਨ ਇਹਨਾਂ ਰਾਘਵ ਚੱਡੇ ਨੂੰ ਦੇ ਦਿੱਤੇ, 850 ਇਹਨਾਂ ਕੋਲ ਹੈ, 80 ਅੱਜ ਕੇਜਰੀਵਾਲ ਸਾਹਿਬ ਕੋਲ ਨੇ, ਅਤੇ ਇਹਨਾਂ ਦੇ ਇਮੀਜੀਏਟ ਪਰਿਵਾਰ ਕੋਲ, CM ਦੇ ਇਮੀਜੀਏਟ ਪਰਿਵਾਰ ਕੋਲ 60 ਗਨਮੈਨ ਦਰਬਾਰ ਸਾਹਿਬ ਇਹ ਜਾਂਦੇ ਨੇ, ਜਲੋ ਜਲਾਓ ਦੇ ਵਿੱਚ ਗੁਰੂ ਘਰ 'ਚ ਜਾਂਦੇ ਨੇ। 250-300 ਬੰਦੇ ਦਾ ਉੱਥੇ ਇੱਕ ਬੈਰੀਕੇਡ ਜਾਂਦਾ ਜੀ, ਜਦੋਂ ਇਹ ਅੰਦਰ ਮੱਥਾ ਟੇਕਣ ਜਾਂਦੇ ਨੇ ਤਾਂ ਸਾਰੇ ਯਾਤਰੂਆਂ ਨੂੰ ਰੋਕ ਲਾ ਦਿੱਤੀ ਜਾਂਦੀ ਕਿ ਤੁਸੀਂ ਮੱਥਾ ਨਹੀਂ ਟੇਕਣਾ ਕਿਉਂਕਿ CM ਪੰਜਾਬ ਮੱਥਾ ਟੇਕਣਾ ਚਾਹੁੰਦੇ ਨੇ। ਕਿਸ ਕਿਸਮ ਦੀ ਉਹਦਾ ਮਤਲਬ ਕਿਹਾ ਅਸੀਂ ਕੀ ਸੀ, ਬਦਲਾਅ ਅਸੀਂ ਕਿਸ ਕਿਸਮ ਦਾ ਕਿਹਾ ਸੀ, ਘਰ ਅਸੀਂ ਕੀ ਰਹੇ? ਇਹਨਾਂ ਦੇ MLA ਦਾ ਅੱਜ ਵਤੀਰਾ ਵੇਖੋ ਕੀ, ਔਰਤਾਂ ਦਾ ਵਤੀਰਾ ਵੇਖੋ ਕੀ। ਇਹਨਾਂ ਦੀ ਇੱਕ ਸੀਨੀਅਰ ਲੇਡੀ ਲੈਜਿਸਲੇਟਰ ਜਿਹਦੇ ਘਰਦੇ ਨੇ ਸ਼ਰੇਆਮ ਉਹਨਾਂ ਨੂੰ ਬੇਇੱਜ਼ਤ ਕੀਤਾ, ਅੱਜ ਤੱਕ ਕੋਈ ਕੇਸ ਰਜਿਸਟਰ ਉਹਦੇ 'ਤੇ ਨਹੀਂ ਹੋਇਆ। ਜਿਹੜੇ ਆਪ ਲੋਅ ਮੇਕਰਸ ਨੇ, ਜਿਨ੍ਹਾਂ ਨੇ ਲੋਕਾਂ ਦੀਆਂ, ਔਰਤਾਂ ਦੀ,
बच्चों की बजुर्गों की इज्जत को सेफगार्ड करना होंगे, उन्होंने अपनी इज्जत सेफगार्ड नहीं। इन्हों के एम एल ए वाइफ जड़ियाँ वो हाईकोर्टा तक जा रही हैं कि साड़ी जिंदगी महफूज नहीं, साढ़े घर वालों के हाथों उन्होंने कोई एक्शन नहीं। अज एक इन्हों के मंत्री की वीडियो वायरल हुई फिरोजपुर जिले के, वो माइनिंग का कोई सौदा हो रहा। दो दिन पहले एक इन्हों का एम एल ए उतों का वो माइनिंग के चक्कर के उलझिया जी, कोई इन्हों का एम एल ए किसी औरत ना बदसलूकी कर रहे, वो तो केस रजिस्टर औरत हो रहे हैं। पहली बार यह है कि एम एल ए तो कुछ नहीं हो रहा, औरतों हो रहे कंप्लेनेंट्स तो हो रहे। इन्होंने अफसर के रेड बज रहे हैं सेंटर एजेंसिया के, इन्हों को इन्नी ताकत है नहीं कि ओन अप कर के पॉलिसिया तोड़िया ने, वो तो निरे पॉलिसिया तोड़िया इंप्लीमेंट ही कर रहे हैं। जे थोड़े अफसर से रेड बज रहे हैं, आज चीफ मिनिस्टर का फर्ज बनता से, आज फाइनेंस मिनिस्टर का जोड़ा एक्साइज मंत्री है वह स्टैंड अप कर बनते सेंटर एजेंसिया कहें घर रेड क्यों मार दो, गल करनी साढ़े ना करो, ये तो साड़िया फ्रेम कीतियां पॉलिसीज ने तो निरी इंप्लीमेंट कर रहे हैं, किसी ने आधा नारा ही नहीं मारे। साडे वालों तो होर पांच सत्त जिहड़ियां रहिंदियां ने कोठियां वह भी लै लैन। हुण 52 गड्डिया ने सर भगवंत सिंह मान को 52 गड्डिया ने देखो 52 गड्डिया, क्योंकि उहदे विच अपने आका को कल्लियां, उहदे विच राघव चड्डे को कल्लियां, सिद्धियां उहनां दे नावां ते नहीं कल सकदे, अपने कोटे विच पा के कलियां उन्हां नूं। जे इस किस्म दे काम करोगे ये किन्ना चिर लुक जाणगे। मीडिया नूं जिन्ना मर्जी तुसीं बजट रख लो, 750 करोड़ का बजट इन्हां ने मीडिया वास्तों रख लिया, 750 करोड़। ये चाहते ने कि ओपोजिशन की कोई आवाज़ ही ना हो सके, साडे कीते कारनामे जिहड़े ने लोकां तक जनतक ही ना हो सकन, किन्ना चिर ये इन्हां ते पर्दा रह जाएगा जी।